14 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਬੂਥ ਕੈਪਚਰਿੰਗ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਦੋ ਬੂਥਾਂ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਦੁਬਾਰਾ ਚੋਣਾਂ ਕਰਵਾਉਣ ਦੀ ਘੋਸ਼ਣਾ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਸਮਾਣਾ ਦੇ ਵਾਰਡ ਨੰਬਰ 11 ਦੇ ਬੂਥ ਨੰਬਰ 22 ਅਤੇ 23 ਤੇ ਚੋਣਾਂ ਹੋ ਰਹੀਆਂ ਨੇ, ਜਿਸ ਦੌਰਾਨ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ। ਕੀ ਨਾਮ? ਮਨਜੀਤ ਕੌਰ। ਕਿਹੜੀ ਪਾਰਟੀ ਦਾ? ਅਕਾਲੀ ਦਲ ਪਾਰਟੀ ਦਾ। ਕੀ ਅੱਜ ਦੀ ਕੀ ਉਮੀਦ ਹੈ, ਕਿਉਂਕਿ ਪਹਿਲਾਂ ਵੀ ਦੁਬਾਰਾ ਤੋਂ ਰੀਇਲੈਕਸ਼ਨ ਹੋ ਰਿਹਾ, ਕਿੱਦਾਂ ਦੀ ਉਮੀਦਾਂ ਵੋਟਰ ਤੋਂ? ਅੱਜ ਤਾਂ ਸਾਨੂੰ ਬਹੁਤ ਉਮੀਦਾਂ ਨੇ ਵੀ ਸ਼ਾਂਤੀ ਨਾਲ ਸਾਡੀਆਂ ਵੋਟਾਂ ਪੈ ਰਹੀਆਂ ਨੇ ਅਤੇ ਜਿੱਤ ਹਾਰ ਤਾਂ ਵੇਖੋ ਬਣੀ ਹੈ ਵੀ ਸਾਡੀ ਅਮਨ ਸ਼ਾਂਤੀ ਨਾਲ ਵੋਟਾਂ ਸਾਡੀਆਂ ਪੈਣ, ਕੋਈ ਸ਼ਰਾਰਤ ਨਾ ਆਵੇ, ਕੋਈ ਕੁਛ ਨਾ ਆਵੇ, ਕੋਈ ਜਾਲੀ ਵੋਟ ਨਾ ਪਵੇ, ਬਸ ਜੀ ਪ੍ਰਸ਼ਾਸਨ ਇਹੀ ਧਿਆਨ ਰੱਖੇ ਅਤੇ ਇਹੀ ਪ੍ਰਸ਼ਾਸਨ ਅੱਗੇ ਜੀ ਉਮੀਦ ਕਰਦੇ ਹਾਂ। ਵੋਟਰਾਂ ਤੋਂ ਕਿਸ ਤਰੀਕੇ ਦਾ ਸਮਰਥਨ ਮਿਲ ਰਿਹਾ? ਵੋਟਰਾਂ ਤੋਂ ਤਾਂ ਬਹੁਤ ਵਧੀਆ ਸਾਨੂੰ ਸਮਰਥਨ ਮਿਲ ਰਿਹਾ ਜੀ। ਹਾਂਜੀ। ਹੁਣ ਅੱਜ ਜਿਹੜਾ ਪ੍ਰਸ਼ਾਸਨ ਦੇ ਉੱਪਰ ਕਿੱਦਾਂ ਦਾ ਮੈਨੇਜ ਕਰ ਰਿਹਾ ਪ੍ਰਸ਼ਾਸਨ ਅੱਜ ਸਹੀ ਤਰੀਕੇ ਨਾਲ? ਹਾਂਜੀ, ਸਹੀ ਤਰੀਕੇ ਨਾਲ ਕਰ ਰਿਹਾ, ਅਸੀਂ ਕਹਿੰਦੇ ਵੀ ਸ਼ਾਮ ਤੱਕ ਸਹੀ ਤਰੀਕੇ ਨਾਲ ਸਾਡੇ ਨਾਲ ਕਰਨ ਜੀ। ਪਟਿਆਲਾ ਤੋਂ ਅਮਨਦੀਪ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ।